ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਹਿਲੀ ਕਹਾਣੀ ਨਾਲ ਵਾਲੇ ਆਂਟੀ ਸਾਡੇ ਚੰਗਾ ਹੋਣ ਜਾਣ ਸੀ ਇੱਕ ਦਿਨ ਦੁਪਹਿਰ ਵੇਲੇ ਆਈ ਦੁਖੀ ਦੇ ਸੀ ਗੱਲ ਗੱਲ ਤੇ ਰੋਣ ਨਿਕਲ ਰਿਹਾ ਸੀ ਮੈਂ ਪਾਣੀ ਦਾ ਗਲਾਸ ਫੜਾਇਆ ਮੰਮੀ ਨੇ ਵਜ੍ਹਾ ਪੁੱਛੀ ਅੱਗੋਂ ਆਖਣ ਲੱਗੀ ਨੂੰ ਵੱਖ ਹੋ ਗਈਏ ਕਿੰਨਾ ਸਾਰਾ ਸਮਾਨ ਤੇ ਮੇਰਾ ਕੱਲਾ ਕੱਲਾ ਮੁੰਡਾ ਦੋਵੇਂ ਚੁਬਾਰੇ ਤੇ ਲੈ ਗਈ ਕਿੰਨਾ ਸਾਰਾ ਸਮਾਨ ਤੇ ਮੇਰਾ ਕੱਲਾ ਕੱਲਾ ਮੁੰਡਾ ਦੋਵੇਂ ਚਬਾਰੇ ਤੇ ਲੈ ਗਈ ਉਸ ਨੂੰ ਆਂਟੀ ਸ਼ਾਇਦ ਦੁਨੀਆ ਦੀ ਸਭ ਤੋਂ ਦੁਖੀ ਔਰਤ ਲੱਗ ਰਹੀ ਸੀ ਫਿਰ ਦੋਆਂ ਸੇਲੀਆਂ ਨੇ ਰਲ ਕੇ ਜ਼ਮਾਨੇ ਨੂੰ ਖੂਬ ਕੋਸਿਆ ਵਗ ਤੂਰੀ ਹਵਾ ਨੂੰ ਲਾਂਦਾਂ ਪਾਈਆਂ ਨਵੇਂ ਮਾਹੌਲ ਤੇ ਨਵੇਂ ਜ਼ਮਾਨੇ ਦੇ ਰੀਤੀ ਰਿਵਾਜਾਂ ਨੂੰ ਬੁਰਾ ਭਲਾ ਆਖਿਆ ਕੁਝ ਦਿਨਾਂ ਮਗਰੋਂ ਉਹ ਹੀ ਆਂਟੀ ਇੱਕ ਦਿਨ ਕੋਠੇ ਤੇ ਕੱਪੜੇ ਸੁੱਕਣੇ ਪਾਰੀ ਸੀ ਬੜੀ ਖੁਸ਼ ਪਹਿਲਾਂ ਪਾਉਂਦੀ ਹੋਈ ਮਮੀ ਨੇ ਜਦੋਂ ਖੁਸ਼ ਹੋਣ ਦੀ ਵਜ੍ਹਾ ਪੁੱਛ ਲਈ ਅੱਖਣ ਲੱਗੀ ਹੁਣੇ ਤੇਰੇ ਵੱਲ ਆ ਕੇ ਫਿਰ ਦੱਸਦੀ ਆ ਫਿਰ ਥੋੜੇ ਚਿਰ ਮਗਰੋਂ ਲੱਡੂਆਂ ਦਾ ਭਰਿਆ ਡੱਬਾ ਲੈ ਆਈ ਅਖੇਤੀ ਦੇ ਘਰੇ ਵੰਡ ਵੰਡਾਈ ਹੋ ਗਈ ਉਹ ਦੋਵੇਂ ਸ਼ਹਿਰ ਸ਼ਿਫਟ ਹੋ ਰਹੇ ਨੇ ਸਾਡੇ ਨੇੜੇ ਚਲੋ ਨਿੱਤ ਦਿਹਾੜੀ ਦਾ ਕਲੇਸ਼ ਮੁੱਕਾ ਮੈਂ ਕੋਲ ਬੈਠੀ ਸੋਚ ਰਹੀ ਸਾਂ ਜ਼ਮਾਨਾ ਵੀ ਉਹੀ ਉਹੀ ਹੈ ਰੀਤ ਰਿਵਾਜ ਤੇ ਆਸ-ਪਾਸ ਵਗਦੀ ਹੋਈ ਵਾਹ ਵੀ ਪਰ ਫਰਕ ਕੇਵਲ ਇੰਨਾ ਹੈ ਕਿ ਗਲ ਗਲ ਤੇ बेहोश ਹੋ ਰਹੀ ਜਿਸ ਅੰਟੀ ਨੂੰ ਉਸਨੂੰ ਬਾਰ-ਬਾਰ ਪਾਣੀ ਪਿਉਣਾ ਪੈ ਰਿਹਾ ਸੀ ਅਜੋਹੀ ਅੰਟੀ ਪੂਰੇ ਦਾ ਪੂਰਾ ਲੱਡੂ ਮੂੰਹ ਚ ਪਾਉਂਦੀ ਹੋਈ ਆਖ ਰਹੀ ਸੀ ਅੱਜ ਅਦਰਕ ਇਲੈਚੀਆਂ ਵਾਲੀ ਚਾਹ ਨੂੰ ਬੜੇ ਜਿੱਤ ਕਰ ਰਿਹਾ ਹੈ ਦੋਸਤੋ ਇਨਸਾਨੀ ਫਿਤਰਤ ਆਪਣੇ ਰਹਿਣ ਬਸੇਰੇ ਉੱਤੇ ਅੜਕੀ ਇੱਕ ਨਿੱਕੀ ਜਿਹੀ ਚੰਗਿਆੜੀ ਵੀ ਵੱਡਾ ਸਾਰਾ ਭਾਂਬੜ ਲੱਗਣ ਲੱਗਦੀ ਹੈ ਤੇ ਅੱਗ ਦੇ ਗੋਲੇ ਚ ਘਿਰਿਆ ਹੋਇਆ ਕਿਸੇ ਦੂਜੇ ਦਾ ਅਕਰਖਸਰੀ ਖੂਬਸੂਰਤ ਬਸੰਤਰ ਵਾਂਗ ਪ੍ਰਤੀਤ ਹੁੰਦਾ ਹੈ ਅਗਲੀ ਕਹਾਣੀ ਟਾਈਟੈਨਿਕ ਡੁੱਬ ਰਿਆ ਸੀ ਕੁਝ ਦੂਰ ਮੱਛੀਆਂ ਦਾ ਸ਼ਿਕਾਰ ਕਰਦੇ ਹੋਏ ਇੱਕ ਜਹਾਜ਼ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮਦਦ ਨਾ ਕੀਤੀ ਅਖੇ ਕਿਦਰੇ ਮਦਦ ਕਰਦੇ ਫੜੇ ਨਾ ਜਾਈਏ ਦੂਜਾ ਜਹਾਜ਼ ਉੱਥੋਂ 14 ਮੀਲ ਦੂਰ ਇਹਦਾ ਕੈਪਟਨ ਹੀ ਸੋਚ ਗੁੜੀ ਨੀਂਦਰ ਸੌਂ ਗਿਆ ਕਿ ਅੱਧੀ ਰਾਤ ਵੇਲੇ ਕਿਹੜਾ ਪੰਗੇ 'ਚ ਪਵੇ ਸਵੇਰ ਹੋ ਦੇਖੀਂ ਤੇਜ ਹਾਜ਼ ਤਕਰੀਬਨ 56 ਮੀਲ ਦੀ ਦੂਰੀ ਤੋਂ ਰੇਡੀਓ ਸਿਗਨਲ ਸੁਣ ਬਚਾ ਲਈ ਪਹੁੰਚਿਆ 700 ਦੇ ਕਰੀਬ ਯਾਤਰੀ ਮੌਤ ਦੇ ਮੂੰਹ ਚੋਂ ਬਚਾ ਲਈ ਕੈਪਟਨ ਨੇ ਦੱਸਿਆ ਕਿ ਬੁਰੇ-ਬੁਰੇ ਖਿਆਲ ਤਾਂ ਮੇਰੇ ਮਨ ਚ ਵੀ ਆਏ ਸੀ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹੱਲਾਸ਼ੇਰੀ ਦੇ ਰਹੀ ਸੀ ਕਿ ਅੱਗੇ ਵਧ ਇਸ ਵੇਲੇ ਕਿਸੇ ਜਗ੍ਹਾ ਤੇ ਤੇਰੀ ਬੇਹੱਦ ਲੋੜ ਹੈ ਅਪ੍ਰੈਲ 1995 ਕੈਨੇਡਾ ਪਾਰਲੀਮੈਂਟ ਵਿੱਚ ਅਣਪਛਾਤੀਆਂ ਆਖ ਫੂਕ ਦਿੱਤੀਆਂ ਹਜ਼ਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਿਆ ਸੀ ਤਾਂ ਕਈ ਗੋਰੇ ਐਮਪੀ ਕੰਬੁੱਠੇ ਅਖੇ ਜੇ ਵਾਪਸ ਗਿਆ ਤਾਂ ਮੁਕਾ ਦਿੱਤਾ ਜਾਏਗਾ ਇਹਨੂੰ ਆਖੋ ਇੱਥੇ ਰੁਕ ਜਾਏ ਸਣੇ ਪਰਿਵਾਰ ਪੱਕੀ ਨਾਗਰਤਾ ਨਾਗਰਿਕਤਾ ਦਵਾ ਦਿੰਨੇ ਆ ਅਗਲੇ ਦਿਨ ਵਾਪਸੀ ਸੀ ਦੋਸਤ ਮਿੱਤਰ ਯਾਰ ਬੇਲੀ ਸਾਰੀ ਰਾਤ ਸਮਝਾਉਂਦੇ ਰਹੇ ਤੇਰੀ ਮੌਤ ਦਾ ਪਰਵਾਨਾ ਲਿਖਿਆ ਜਾ ਚੁੱਕਾ ਹੈ ਵਾਪਸ ਨਾ ਜਾ ਪਰ ਆਖਣ ਲੱਗਾ ਉਹਨਾਂ ਮਜ਼ਲੂਮ ਪਰਿਵਾਰਾਂ ਦਾ ਕੀ ਬਣੂ ਜਿਹੜੇ ਮੇਰੀ ਤਸੱਲੀ ਤੇ ਇਸ ਮੁਹਿੰਮ 'ਚ ਮੇਰੇ ਨਾਲ ਤੁਰੇ ਸਨ ਹੁਣ ਜੋ ਹੁੰਦਾ ਹੈ ਵੇਖੀ ਚੋ 6 ਸਤੰਬਰ 95 ਦੀ ਸਵੇਰ ਕੋਈ ਪੌਣੇ ਕੋ 9 ਵਜੇ ਕਬੀਰ ਪਾਰਕ ਵਾਲੀ ਰਿਹਾਇਸ਼ ਵਿੱਚ ਅਚਾਨਕ ਯੂਨੀਵਰਸਿਟੀ ਦੀ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ कौर ਕੋਲ ਜਾ ਕੇ ਕੁੱਚਨ ਲੱਗੀ ਬੱਚੇ ਪੜਾ ਲੈਣਗੇ ਕੱਲੀ ਬੀਬੀ ਜੀ ਹੈਰਾਨ ਹੋ ਆਖਣ ਲੱਗੀ ਕਿ ਅੱਗੇ ਵੀ ਤਾਂ ਗੁਰੂ ਆਸਰੇ ਪੜਦੇ ਨੇ ਪਰ ਅੱਜ ਇੰਜ ਦੀਆਂ ਗੱਲਾਂ ਕਿਉਂ ਕੌਮ ਦਾ ਪੁੱਤ ਆਪਣਾ ਅੰਜਾਮ ਚੰਗੀ ਤਰ੍ਹਾਂ ਜਾਣਦਾ ਸੀ ਹਰ ਨਤੀਜਾ ਭੁਗਣ ਭੁਗਤਣ ਲਈ ਵੀ ਤਿਆਰ ਪਰ ਤਿਆਰ ਸੀ ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜ਼ੀ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ ਬੇਟੀ ਦੱਸਦੀ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਖਾਲੜਾ ਸਾਹਿਬ ਮੁਕਾ ਦਿੱਤੇ ਗਏ ਨਹੀਂ ਤਾਂ ਕਈ ਰਿਸ਼ਤੇਦਾਰੀਆਂ ਮੂੰਹ ਮੋੜਦੀਆਂ ਦੋਸਤ ਮਿੱਤਰ ਮਿਲ ਨੂੰ ਹਟ ਗਏ ਕਈ ਗਵਾਹ ਸੋਨੇ ਚਾਂਦੀ ਨੋਟਾਂ ਦੀ ਤਕੜੀ ਚ ਤੁਲ ਕੇ ਮੁਕਰ ਗਏ ਧਮਕੀ ਭਰੇ ਫੋਨ ਅਕਸਰ ਆ जाया ਕਰਦੇ ਪੈਰ ਵੀ ਨਾ ਕਰੋ ਮੂੰਹ ਮੰਗੇ ਪੈਸੇ ਦੇ ਦਿੰਨੇ ਆ ਪਰ ਪਰਿਵਾਰ ਨਿਸ਼ਾਨੇ ਤੋਂ ਨਾਥ ਠੜ ਗਿਆ ਫਿਰ ਸਨ 97 ਵਿੱਚ ਪੰਥਕ ਸਰਕਾਰ ਬਣੀ ਕਿ ਬੀਬੀ ਸਾਡੀ ਸਰਕਾਰ ਆ ਲੈਣ ਦਿਓ ਸਾਰੇ ਕਾਤਲ ਫਾਂਸੀਆਂ ਤੇ ਟੰਗਾਂਗੇ ਪਰ ਰਾਜਦਿਲਗ ਦੀ ਖੁਮਾਰੀ ਚ ਅੰਨਾ ਹੋਇਆ ਤ੍ਰੇਤਰਾਸ਼ਟਰ ਜਵਾਬ ਬੜਾ ਅਜੀਬ ਤੇ ਸ਼ਰਮਨਾਕ ਸੀ ਬੀਬੀ ਹੁਣ ਛੱਡੋ ਖਿਹੜਾ ਤਫ਼ਤੀਸ਼ ਦਾ ਜਾਣ ਵਾਲਾ چلا ਗਿਆ ਮਿਨਿਸਟਰੀ ਲੈ ਲਓ ਕਿਸੇ ਚੇਅਰਮੈਨੀ ਤੇ ਉਂਗਲ ਰੱਖੋ ਮਿਲ ਜਾਏਗੀ ਆਖੋ ਤਾਂ ਬੱਚੇ ਵੀ ਬਾਹਰ ਸੈਟਲ ਕਰਵਾ ਦਿੰਦੇ ਆ ਬੀਬੀ ਖਾਲੜਾ ਆਖਦੇ ਨੇ ਕਿ ਇਹ ਸਾਰੇ ਸੰਘਰਸ਼ ਦੀ ਪ੍ਰਾਪਤੀ ਇਹ ਹੈ ਕਿ ਖਾਲੜਾ ਸਾਹਿਬ ਨੂੰ ਕੋਲ ਖਲੋ ਕੇ ਸ਼ਹੀਦ ਕਰਨ ਵਾਲਾ ਕੇਪੀ ਗਿੱਲ ਜਦੋਂ ਮਰਿਆ ਤਾਂ ਕਿਸੇ ਗੁਰਦੁਆਰੇ ਨੇ ਉਹਦੀ ਅਖੰਡ ਪਾਠ ਲਈ ਹਾਮੀ ਨਾ ਭਰੀ ਤੇ ਨਾ ਕੋਈ ਗ੍ਰੰਥੀ ਸਿੰਘ ਉਹਦੀ ਅੰਤਿਮ ਅਰਦਾਸ ਲਈ ਰਾਜੀ ਹੋਇਆ ਇੰ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ ਜੰਗਲ ਨੂੰ ਅੱਗ ਲੱਗ ਗਈ ਨਸੇ ਜਾਂਦੇ ਜਾਨਵਰਾਂ ਦੇਖਿਆ ਇੱਕ ਚਿੜੀ ਚੁੰਝ ਚ ਪਾਣੀ ਪਰ ਲਪਟਾਉ ਤੇ ਸੁੱਟ ਰਹੀ ਸੀ ਟਿਚਰ ਕਰਦੇ ਆਖਣ ਲੱਗੇ ਤੇਰੀ ਚੁੰਝ ਪਰ ਪਾਣੀ ਨਾਲ ਕਿਹੜਾ ਕੋਈ ਫਰਕ ਪੈਜੂ ਅਗੋਂ ਆਖਣ ਲੱਗੀ ਕਿ ਭਰਾਓ ਫਰਕ ਭਾਵੇਂ ਨਾ ਪਵੇ ਪਰ ਜਦੋਂ ਕਦੀ ਵੀ ਇਸ ਜੰਗਲ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਭੱਜਣ ਵਾਲਿਆਂ 'ਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ 'ਚ ਦਰਜ ਹੋਊ। ਸੂਬਾ ਸਰਹੰਦ ਨੇ ਨਿੱਕੇ ਸਾਹਿਬ ਜਾਦੇ ਜਿਉਂਦੀ ਨਹੀਂ ਹਾਂ ਚ ਚਣੰਤੋਂ ਇੱਕ ਦਿਨ ਪਹਿਲਾਂ ਸਾਰੇ ਸਰਹੰਦ 'ਚ ਮਨਿਆਦੀ ਕਰਵਾ ਦਿੱਤੀ ਕਿ ਕੱਲ ਸ਼ਾਹੀ ਦਰਬਾਰ 'ਚ ਇੱਕ ਤਮਾਸ਼ਾ ਹੋਣ ਜਾ ਰਿਹਾ ਸਾਰਿਆਂ ਨੂੰ ਖੁੱਲਾ ਸੱਦਾ। ਇੱਕ ਫਕੀਰ ਮੁਨਿਆਦੀ ਕਰਨ ਵਾਲੇ ਨੂੰ ਆਖਣ ਲੱਗਾ ਕਿ ਮੇਰਾ ਇੱਕ ਸੁਨੇਹਾ ਸੂਬੇ ਤੱਕ ਪਹੁੰਚਾ ਦੇ ਕਿ ਕੱਲ ਵਾਲੇ ਤਮਾਸ਼ੇ ਤੋਂ ਮਗਰੋਂ ਇੱਕ ਤਮਾਸ਼ਾ ਹੋਰ ਲੱਗੋ ਉਹ ਇੰਨਾ ਅਚੰਚੇਤ ਹੋਊ ਕਿ ਤੇਰੀਆਂ ਬੇਗਮਾਂ ਨੂੰ ਨਾਲੇ ਬੰਨਣ ਦਾ ਤੇ ਤੈਨੂੰ ਪੈਰੀਂ ਜੁੱਤੀ ਪਾਉਣ ਤੱਕ ਦਾ ਟਾਈਮ ਨਹੀਂ ਮਿਲਦਾ ਫਿਰ ਚੱਪੜਚਿੜੀ ਦੇ ਮੈਦਾਨ 'ਚ ਜੋ ਕੁਝ ਹੋਇਆ ਉਸ ਅਚੰਚੇਤ ਤਮਾਸ਼ੇ ਤੋਂ ਕੱਟ ਨਹੀਂ ਸੀ ਜਿਸ ਦੀ ਪੇਸ਼ੀਨ ਗਈ ਉਸ ਫਕੀਰ ਨੇ ਕੀਤੀ ਸੀ ਅੱਜ ਵੀ ਦੂਜੇ ਅਚਨਚੇ ਤਮਾਸ਼ੇ ਦੀ ਮਾਰ ਹੇਠ ਆਏ ਕਿੰਨੇ ਸਾਰੇ ਸੂਬੇ ਸਰਹੰਦ ਦੇ ਇਸ ਧਰਤੀ ਤੇ ਨਰਕ ਦੀ ਜ਼ਿੰਦਗੀ ਭੋਗ ਰਹੇ ਹਨ ਤੇ 27 ਸਾਲ ਪਹਿਲਾਂ ਅਧਮੋਇਆ ਕਰ ਦਰਿਆਾਂ 'ਚ ਰੋੜ ਦਿੱਤਾ ਗਿਆ ਭਾਈ ਖਲੜਾ ਤਰੂਤਾਰੇ ਵਾਂਗ ਅੰਬਰ ਦੀ ਹਿੱਕ ਤੇ ਚਮਕ ਰਿਹਾ ਹੈ ਅਗਲੀ ਕਹਾਣੀ ਫਿਲੀਪੀਨੋ ਮុលਦੀ ਹੌਲੀ ਜਿਹੀ ਉਮਰ ਦੀ ਕੁੜੀ ਥੋੜੀ ਥੋੜੀ ਡਰੀ ਡਰੀ ਕਨਫਿਊਜ਼ਡ ਜਾਪ ਰਹੀ ਸੀ ਕਦੀ ਚੋ ਰੱਖ ਨਾਲ ਕਾਊਂਟਰ ਤੇ ਲੱਗੀ ਹੋਈ ਕਾਕਾ ਦੀ ਲੰਮੀ ਜੀ ਲਾਈਨ ਦੇਖ ਲੈਂਦੀ। ਕਦੀ ਕੁਝ ਸੋਚ ਫੋਰ ਘਾਬਰ ਜੀ ਜਾਂਦੀ। ਮੈਂ ਹੌਲੀ ਜੀ ਪੁੱਛ ਹੀ ਲਿਆ ਕਿ ਨਵੀਂ ਲੱਗਦੀ ਐ? ਕਹਿੰਦੀ ਬਸ ਅੱਜ ਹੁਣੀ ਓਰੀਐਂਟੇਸ਼ਨ ਮੁੱਕੜ ਮਗਰੋਂ ਜੌਬ ਸ਼ੁਰੂ ਕੀਤੀ ਐ। ਤੇ ਤੇਰੀ ਪਹਿਲੀ ਆਈਟਮ ਸਕੈਨ ਕਰਨ ਲੱਗੀ ਐ। ਨੰਬਰ ਨਹੀਂ ਲੱਭ ਰਿਆ। ਫਿਰ ਉਹਨੇ ਕੋਲ ਪਏ ਕਾਗਜ਼ ਤੋਂ ਕੁਝ ਪੜਨਾ ਸ਼ੁਰੂ ਕਰ ਦਿੱਤਾ। ਉਹਦੀ ਇੰਨੀ ਗੱਲ ਸੁਣ ਮੈਨੂੰ ਆਪਣੀ ਅੰਮ੍ਰਿਤਸਰ ਵਾਲੀ ਨੌਕਰੀ ਦਾ ਪਹਿਲਾ ਦਿਨ ਚੇਤੇ ਆ ਗਿਆ। ਹੋਟਲ ਦੇ ਕਿਚਨ ਵਿੱਚ ਖਲੋਤੇ ਹੋਏ ਦੀ ਢਾਈ ਤੇ ਪੈ ਗਏ ਤੜਕੇ ਤੇ ਛਿੱਟੇ ਯਾਦ ਆ ਗਏ। ਫਿਰ ਥਿੰਦਾਈ ਤੋਂ ਤਿਲਕ ਲਿਬੜੀ ਹੋਈ ਨਵੀਂ ਨਕੋਰ ਪੈਂਟ ਤੇ ਮੁੜ ਕੇ ਆਪਣੇ ਉੱਤੇ ਹੱਸਦਾ ਹੋਇਆ ਸਾਰਾ ਕਿਚਨ ਸਟਾਫ। ਰੋਣ ਹਾਕਾ ਹੋਇਆ ਸੋਚੀ ਜਾ ਰਿਹਾ ਸਾਂ ਕਿ ਕਦੋਂ 2 ਵਜਨ ਤੇ ਕਦੋਂ ਮੈਂ ਕਾਦੀਆਂ ਵਾਲੀ ਗੱਟੀ ਫੜ ਬਟਾਲੇ ਆਪਣਾ ਆਪਣੀ ਮਾਂ ਦੀ ਬੁੱਕਲ ਚ ਵੜ ਜਾਵਾਂ। ਸਾਰਿਆਂ ਦੇ ਮਜ਼ਾਕ ਦਾ ਪਾਤਰ ਬਣਿਆ ਅਜੀ ਸੋਚ ਹੀ ਰਿਆ ਸਾਂ ਕਿ ਕਿਸੇ ਨੇ ਮੁੰਡਿਆਂ ਤੇ ਹੱਥ ਆ ਰੱਖਿਆ ਉਹ ਲੇਸਲੀ ਨਾਮ ਦਾ ਕਿਚਨ ਸੁਪਰਵਾਈਜ਼ਰ ਸੀ ਆਖਣ ਲੱਗਾ ਪੁੱਤ ਘਬrai ਨਾ ਇਹ ਜੋ ਕੁਝ ਤੇਰੇ ਨਾਲ ਹੋ ਰਿਹਾ ਹੈ ਹਰੇਕ ਨਾਲ ਹੀ ਹੁੰਦਾ ਹੈ ਡਰੀ ਨਾ ਮੈਂ ਤੇਰੇ ਨਾਲ ਆ ਨਾਲ ਹੀ ਸਾਰੇ ਸਟਾਫ ਨੂੰ ਸੰਬੋਧਨ ਹੁੰਦਾ ਆਖਣ ਲੱਗਾ ਕਿ ਖਬਰਦਾਰ ਜੇ ਕਿਸੇ ਨੇ ਮੁੰਡੇ ਨੂੰ ਤੰਗ ਕੀਤਾ ਤਾਂ ਮੈਨੂੰ ਇੰਝ ਲੱਗਾ ਜਿੱਦਾਂ ਮਰਦੇ ਹੋਏ ਵਿੱਚ ਜਾਨ ਪੈ ਗਈ ਹੋਵੇ ਮੁੜ ਕੇ ਉਸੇ ਲੈਸਲੀ ਅੰਕਲ ਨੇ 3 ਮਹੀਨੇ ਦੀ ਪਰਬੀਸ਼ਨ ਦੌਰਾਨ ਢਾਲ ਬਣਾ ਕੇ ਢਾਲ ਬਣ ਕੇ ਮੇਰੀ ਰਾਖੀ ਕੀਤੀ ਆਖਰੀ ਦਿਨ ਮੈਂ ਕੋਲ ਗਿਆ ਤੇ ਆਖਿਆ ਕਿ ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਕਿਦਾਂ ਮੋੜਾਂਗਾ ਹੱਸਦਾ ਹੋਇਆ ਆਖਣ ਲੱਗਾ ਕਿ ਵੇਲਾ ਆਏਗਾ ਮੋੜ ਦੇਈ ਪਰ ਇਹ ਤੋਂ ਪਹਿਲਾਂ ਕਿ ਵੇਲਾ ਆਉਂਦਾ ਕੁਝ ਹਫ਼ਤੇ ਮਗਰੋਂ ਹੀ ਹਾਰਟ ਅਟੈਕ ਨਾਲ ਲੈਸਲੀ ਅੰਕਲ ਪੂਰਾ ਹੋ ਗਿਆ ਇੰਨੇ ਨੂੰ ਪਿੱਛੋਂ ਉੱਚੀ ਸਾਰੀ ਪਈ ਆਵਾਜ਼ ਨੇ ਮੇਰੇ ਭੂਤਕਾਲ ਵਾਲੀਆਂ ਸੋਚਾਂ ਦੀ ਲੜੀ ਤੋੜ ਦਿੱਤੀ। ਮੁੜ ਕੇ ਦੇਖਿਆ ਕਤਾਰ 'ਚ ਪਿੱਛੇ ਖਲੋਤਾ ਗੋਰਾ ਗੁੱਸੇ ਹੁੰਦਾ ਹੋਇਆ ਪੁੱਛ ਰਿਹਾ ਸੀ ਕਿ ਇੰਨੀ ਦੇਰ ਕਿਉਂ ਲੱਗ ਰਹੀ ਏ। ਮੈਂ ਉਸੇ ਵੇਲੇ ਆਪ ਮੁਹਾਰੀ ਆਖ ਉੱਠਿਆ ਕਿ ਮਿੱਤਰੋ ਥੋੜਾ ਹੌਸਲਾ ਤੇ ਸਬਰ ਰੱਖੋ ਨਵੀਂ ਕੁੜੀ ਏ ਤੇ ਉਤੋਂ ਵਿਚਾਰੀ ਦੀ ਜੌਬ ਦਾ ਪਹਿਲਾ ਦਿਨ ਏ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਏ ਜੌਬ ਤੇ ਪਹਿਲਾ ਦਿਨ ਕਿੱਦਾਂ ਲੰਘਦਾ ਏ। ਹੁਣ ਰੌਲਾ ਪਾਉਂਦੇ ਗੋਰੀ ਦੀ ਬੁੱਲਾਂ ਤੇ ਸਾਰੀ ਤੇ ਕੁੜੀ ਦੀਆਂ ਅੱਖਾਂ 'ਚ ਥੈਂਕ ਯੂ ਵਾਲੇ ਗਹਿਰੇ ਜਿਹੇ ਅਹਿਸਾਸ ਸਨ ਪਰ ਮੈਂ ਗਰੋਸਰੀ ਦੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਹੋਇਆ ਕਾਫੀ ਹਲਕਾ ਮਹਿਸੂਸ ਕਰ ਰਿਹਾ ਸਾਂ ਸ਼ਾਇਦ ਲੇਸਲੀ ਅੰਕਲ ਵੱਲੋਂ ਕਈ ਵਾਰ ਪਹਿਲਾਂ ਚਾੜੇ ਹੋਏ ਵੱਡੇ ਸਾਰੇ ਕਰਜ਼ੇ ਦੇ ਨਿੱਕੇ ਜਿਹੀ ਕਿਸ਼ਤ ਜੋ ਮੋੜ ਦਿੱਤੀ ਸੀ ਅਗਲੀ ਕਹਾਣੀ 6 ਸਾਲ ਪਹਿਲਾਂ ਲਿਖਿਆ ਇੱਕ ਵਾਰ ਤੱਕ ਚੜਦੀ ਜਵਾਨੀ ਦੇ ਪਹਿਲੇ 20 ਸਾਲ ਅੱਖ ਦੇ ਫੋਰਚੀ ਹਵਾ ਹੋ ਗਏ ਫਿਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਸੰਘਰਸ਼ ਚੰਗੀ ਮਾੜੀ ਕੱਚੀ ਪੱਕੀ ਸਰਕਾਰੀ ਪ੍ਰਾਈਵੇਟ ਇਸ ਗਦੀ ਘੇੜ ਚੋਂ ਲੰਘਦੇ ਹੋਏ ਫਿਰ ਮਿਲਿਆ ਤਨਖਾਹ ਦਾ ਪਹਿਲਾ ਚੈੱਕ ਉਸੇ ਵੇਲੇ ਬੈਂਕਟ ਜਮ੍ਹਾਂ ਹੋ ਗਿਆ ਫਿਰ ਸ਼ੁਰੂ ਹੋਈ ਬੈਂਕ ਅਕਾਊਂਟ ਵਿੱਚੋਂ ਹੋਰ ਸਿਫਰਾਂ ਜੋੜਨ ਦੀ ਨਾ ਮੁੱਕਣ ਵਾਲੀ ਲੜੀ ਰੋਜ਼ ਸਵੇਰੇ ਉੱਠ ਕੇ ਸੋਚਦਾ ਕਿ ਅੱਜ ਕੋਈ ਜੁਗਾਰ ਲੱਗੇ ਕਿ ਬੈਂਕ ਜਮਾ ਪੂੰਜੀ ਵਿੱਚ ਇੱਕ ਸਿਫਰ ਹੋਰ ਵੱਜ ਜਾਏ। ਇਸੇ ਦੌਰਾਨ ਦੋਸਤਾਂ 27 ਸਾਲ ਦਾ ਕੇਕ ਵੀ ਕੱਟ ਦਿੱਤਾ। ਫਿਰ ਵਿੜੇ ਵਿਆਹ ਦਾ ਗਾਣ ਤਰਿਆ ਗਿਆ। ਨੌਕਰੀ ਕਰਦੀ ਚਨ ਵਰਗੀ ਬੋਟੀ ਨੇ ਆ ਰੌਣਕ ਲਾਈ। ਖੁਸ਼ੀ ਤੇ ਸਿਫਰਾਂ ਦੁੱਗਣੀ ਰਫ਼ਤਾਰ ਨਾਲ ਵਧਣ ਲੱਗੀਆਂ। ਪਹਿਲੇ 4-5 ਸਾਲ ਖੁਸ਼ੀਆਂ ਦੇ ਹਸੀਨ ਪਰਿਲੋਕ ਚ ਘੁੰਮਦੇ ਫਿਰਦੇ ਆ ਨਿਕਲ ਗਏ। ਫਿਰ ਇੱਕ ਦਿਨ ਵਿੜੇ ਚ ਬੱਚੇ ਦੀ किलकारी ਗੂੰਜੀ। ਦੋਹਾਂ ਦਾ ਸਾਰਾ ਕੁਝ ਬੱਚੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ ਇਕੱਠੇ ਖਾਣਾ ਪੀਣਾ ਬੋਲਣਾ ਗੱਲਾਂ ਕਰਨੀਆਂ ਸਾਰਾ ਕੁਝ ਸੁਪਨਾ ਜਿਹਾ ਹੋ ਗਿਆ ਗੱਡੀ ਫਰਨੀਚਰ ਘਰ ਤੇ ਐਲਸੀ ਦੀਆਂ ਕਿਸ਼ਤਾਂ ਸਕੂਲ ਦੀਆਂ ਫੀਸਾਂ ਪਾਰਟੀਆਂ ਦੇ ਖਰਚੇ ਤੇ ਉਤੋਂ ਬੈਂਕ ਅਕਾਊਂਟ ਦੀਆਂ ਸਿਫਰਾਂ ਵਧਾਉਣ ਵਾਲੀ ਦੌੜ ਦੀ ਕਦੀ ਨਾ ਮੁੱਕਣ ਵਾਲੀ ਚਿੰਤਾ ਕੰਮ ਦੀ ਪੱਠੀ ਚੋਂ ਦਾ ਜੋਬਨ ਤੋਂ ਅੰਖਿਆ ਗਿਆ ਤੇ ਮੈਂ ਕੋਹਲੂ ਦਾ ਬਲਦ ਸਵੇਰੇ ਨਿਕਲਦਾ ਹਨੇਰੇ ਪੈ লাশ ਬਣ ਘਰ ਮੁੜਦਾ ਫਿਰ ਪਤਾ ਹੀ ਨਾ ਲੱਗਾ ਕਦੋਂ ਜ਼ਿੰਦਗੀ ਦੇ 37 ਸਾਲ ਇਤਿਹਾਸ ਬਣ ਗਏ। ਹੁਣ ਘਰ 'ਚ ਹਰ ਸੁੱਖ ਸਹੂਲਤ ਮੌਜੂਦ ਸੀ। ਫੇਰ ਵੀ ਰੋਜ਼ ਸਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ ਤੇ ਰਾਤ ਡੁੰਗੀਆਂ ਸੋਚਾਂ ਦੇ ਕਾਲੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ। ਕਈ ਵਾਰ ਬਿਨਾਂ ਗੱਲ ਤੋਂ ਸ਼ੁਰੂ ਹੋਈ ਬਹਿਸ ਝਗੜੇ 'ਚ ਬਦਲ ਜਾਂਦੀ। ਅੰਦਰ ਦਾ ਖਾਲੀਪਨ ਵੱਧਾ ਗਿਆ। ਉਹ ਗੱਲ-ਗੱਲ ਤੇ ਝਿੜ ਜਾਂਦੀ ਤੇ ਮੈਂ ਜ਼ਬਰਦਸਤੀ ਚੁੱਪ ਰਹਿਣ ਦੀ ਆਦਤ ਪਾ ਲਈ। ਫਿਰ ਵਿਆਹ ਦੀ 10ਵੀਂ ਵਰੀ ਗੰਢ ਵੀ ਚੁੱਪਚਾਪੀ ਤੇ ਲੰਘ ਗਈ। ਨਿੱਕਾ ਬਾਲ ਹੁਣ ਸਿਆਣਾ ਹੋ ਗਿਆ ਸੀ ਤੇ ਉਹਨੇ ਵੀ ਆਪਣੇ ਆਪ ਚ ਰਹਿਣਾ ਸਿੱਖ ਲਿਆ। ਪਰ ਮਿੱਠੀ ਤਸੱਲੀ ਇਹ ਸੀ ਕਿ ਬੈਂਕ ਦੀਆਂ ਸਫਰਾਂ ਪੂਰੀ ਰਫ਼ਤਾਰ ਨਾਲ ਦਿਨ ਰਾਤ ਵਧ ਰਹੀਆਂ ਸਨ। ਇੱਕ ਦਿਨ ਇਕੱਲੇ ਬੈਠ ਪੁਰਾਣੇ ਦਿਨ ਯਾਦ ਕਰਦੇ ਹੋਏ ਨੇ ਕੋਲੋਂ ਲੰਗਦੀ ਦਾ ਹੱਥ ਫੜ ਲਿਆ। ਆਖਿਆ ਕੋਲ ਬੈਠ ਆਜਾ ਗੱਲ ਕਰੀਏ। ਨਾਲੇ ਬਾਹਰ ਚ ਜਾਂਦੇ ਆਂ ਕਿਤੇ ਇਕਾਂਤ ਵਿੱਚ ਕੁਦਰਤ ਦਾ ਆਨੰਦ ਮਾਣਦੇ ਆਂ। ਖਿੜ केजी ਹੋਈ ਮੁੜਕਾ ਪੁੰਝਦੇ ਆਖਣ ਲੱਗੀ ਸਕੂਲ ਦੇ ਪੇਪਰਾਂ ਦਾ ਢੇਰ ਲੱਗਾ ਹੈ ਉਹ ਕੌਣ ਚੈੱਕ ਕਰੂ ਸਾਰਾ ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰਮਾਂਤ ਸੁਝ ਰਿਹਾ ਹੈ ਗੁੱਸੇ ਨਾਲ ਹੱਥ ਛੱਡਾ ਉਤਰਦੀ ਬਣੀ ਤੇ ਫਿਰ ਅਚਾਨਕ ਇੱਕ ਦਿਨ ਜ਼ਿੰਦਗੀ ਦੇ 45ਵੇਂ ਸਾਲ ਨੇ ਆਪ ਦਸਤਕ ਦਿੱਤੀ ਐਨਕ ਲੱਗ ਗਈ ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾਮ ਮੁੱਕਣ ਵਾਲੇ ਚੱਕਰ ਬਲੱਡ ਪ੍ਰੈਸ਼ਰ 슈ਗਰ ਡਾਈਟਿੰਗ ਤੇ ਛਮੇਲਿਆਂ ਨੇ ਆ ਕੇ ਰਾ ਪਾਇਆ ਫਿਰ ਇੱਕ ਦਿਨ ਬੇਟੇ ਦਾ ਕਾਲਜ ਮੁੱਕਿਆ ਹੀ ਸੀ ਤੇ ਬੂਆ ਖੜ ਗਿਆ ਡਾਕਿਆ ਸੀ ਆਖਦਾ ਮੂੰਹ ਮਿੱਠਾ ਕਰਾਓ ਪੁੱਤ ਦਾ ਵੀਜ਼ਾ ਲੱਗਿਆ ਫਿਰ ਇੱਕ ਦਿਨ ਉਹ ਖੰਭ ਖਿਲਾਰ ਵਿਦੇਸ਼ੋਂ ਡਾਰੀ ਮਾਰ ਗਿਆ ਵੇੜਾ ਸੁਣਾ ਹੋ ਗਿਆ ਇਸੇ ਵੇਲੇ ਚਵੱਜੀ ਉਹਦੀ ਪਹਿਲੀ ਕਲਕਾਰੀ ਚੇਤੇ ਆਉਂਦੀ ਤਾਂ ਦਿਲ ਨੂੰ ਧੂਜੇ ਹੀ ਪੈ ਜਾਂਦੀ ਫਿਰ ਦੋਵੇਂ ਪੰਜਾਬ 55 ਦੇ ਗੇਟ 'ਚ ਪੈ ਗਏ ਬੈਂਕਾਂ 'ਚ ਕਿੰਨੀਆਂ ਸਫਰਾਂ ਸਨ ਇਹ ਜਾਣਨ ਦੀ ਜਿਗਿਆਸਾ ਵੀ ਥੋੜੀ ਥੋੜੀ ਜਾਂਦੀ ਰਹੀ ਡਾਕਟਰ ਅੰਬੋ ਤਾਂ ਘੁੰਮਣ ਫਿਰਨ ਤੇ ਬਾਹਰ ਦੇ ਖਾਣੇ ਦੀ ਮਨਾਹੀ ਕਰ ਦਿੱਤੀ। ਬਾਰੀ ਕੋਲ ਬੈਠੇ ਦੋਨੋਂ ਸਾਰਾ ਦਿਨ ਗਲੀ 'ਚ ਖੇਡਦੇ ਨਿਆਣੇ ਵੇਖਦੇ ਰਹਿੰਦੇ। ਫਿਰ ਪਤਾ ਹੀ ਨਾ ਲੱਗਾ ਕਦੋਂ ਸ਼ਾਮ ਪੈ ਜਾਂਦੀ। ਇੱਕ ਦਿਨ ਫੋਨ ਦੀ ਘੰਟੀ ਵੱਜੀ, ਦੌੜ ਕੇ ਫੋਨ ਚੁੱਕਿਆ। ਦੂਜੇ ਪਾਸੇ ਬੇਟਾ ਸੀ। ਅਜੀ ਹਾਲ-ਚਾਲ ਹੀ ਪੁੱਛ ਰਿਹਾ ਸੰਕੇ ਗੱਲ ਵਿਚਾਲਿਓਂ ਕਟਾਖਣ ਲੱਗਾ ਡੈਡ ਮੈਂ ਵਿਆਹ ਕਰਾ ਲਿਆ ਇੱਕ ਗੋਰੀ ਨਾਲ ਤੇ ਬਾਕੀ ਜ਼ਿੰਦਗੀ ਹੁਣ ਇੱਥੇ ਹੀ ਰਹਾਂ। ਬੈਂਕਾ ਵਾਲਿਆਂ ਸੇ ਫਰੰਕ ਕਿਸੇ ਅनाथ ਘਰ ਨੂੰ ਦਾਨ ਕਰ ਦੇਣਾ ਮੈਨੂੰ ਹੁਣ ਉਹਨਾਂ ਸਫਰਾਂ ਦੀ ਲੋੜ ਨਹੀਂ ਤੇ ਜੇ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਵੀ ਉੱਥੇ ਹੀ ਭਰਤੀ ਹੋ ਜਾਓ ਫੋਨ ਹੱਥੋਂ ਛੁੱਟ ਗਿਆ ਇੰਜ ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰ ਚਲਾ ਗਿਆ ਨਾਲ ਦੀ ਨੂੰ ਆਵਾਜ਼ ਮਾਰੀ ਉਹ ਪਾਠ ਕਰਦੀ ਨਸੀ ਆਈ ਕਹਿੰਦੀ ਕੀ ਹੋਇਆ ਕਿਦਾ ਫੋਨ ਸੀ ਮੈਂ ਆਖਿਆ ਕਿਸੇ ਦਾ ਨਹੀਂ ਇੱਕ ਵਾਰ ਫੇਰ ਤਰਲਾ ਕੀਤਾ ਕਿ ਚੱਲ ਅੱਜ ਬਾਹਰ ਚੱਲੀਏ ਕਿਤੇ ਇਸ ਰੌਲੇ ਰੱਪੇ ਤੇ ਖੁਦਗਰਜ਼ੀ ਦੇ ਰੇਗਿਸਤਾਨ ਤੋਂ ਕਿਤੇ ਦੂਰ ਅਜੇ ਗੱਲ ਕਰ ਹੀ ਰਿਹਾ ਸੀ ਕਿ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਚਾਪਿਆ ਮੇਰਾ ਠੰਡਾ ਸੀਤ ਸਿਰ ਆਪਣੇ ਮੋਢਿਆਂ ਤੇ ਰੱਖਾ ਧੁਰੂ ਵਗਾਉਂਦੀ ਆਖਣ ਲੱਗੀ ਹਾਂ ਹਾਂ ਚਲੋ ਚੱਲੀਏ ਕਿੱਥੇ ਚੱਲਨੇ ਕਿੱਥੇ ਗੱਲਾਂ ਕਰਨੀਆਂ ਚਲੋ ਵੀ ਹੁਣ ਤੁਰਦੇ ਨਹੀਂ ਬੋਲਦੇ ਨਹੀਂ ਹੁਣੇ ਮੈਨੂੰ ਝੰਜੋੜਿਆ ਪਰ ਮੈਂ ਤਾਂ ਕਦੋਂ ਦਾ ਸ਼ਾਂਤ ਹੋ ਚੁੱਕਾ ਸੀ ਸਦਾ ਵਾਸਤੇ ਸਭ ਕੁਝ ਵਿੱਚ ਛੱਡ ਛੜਾ ਦੋਸਤੋ ਇਹ ਮੇਰੀ ਸਫਰਾਂ ਦੀ ਗੁਲਾਮੀ ਕਰਦੇ ਹਾਂ ਲੰਗੀ ਪੂਰੀ ਜ਼ਿੰਦਗੀ ਦਾ ਸਾਰੰਜ ਜ਼ਿੰਦਗੀ ਤੁਹਾਡੀ ਹੈ ਤੇ ਇਹਦੇ ਮਾਪਦੰਡ ਵੀ ਤੁਸੀਂ ਖੁਦ ਨਹੀਂ ਤੈਅ ਕਰਨੇ ਨੇ ਜ਼ਿੰਦਗੀ ਜਿਉਣ ਆਇਓ ਤਾਂ ਆਪਣੇ ਵਾਸਤੇ ਵੀ ਜੀਣਾ ਸਿੱਖੋ ਇਹ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਕਰੋ ਕਿਉਂਕਿ ਕੱਲ ਕਦੀ ਨਹੀਂ ਆਏਗਾ ਵਰਤਮਾਨ ਹੀ ਜ਼ਿੰਦਗੀ ਹੈ ਬਾਕੀ ਤੇ ਸਿਰਫ ਕੰਧ ਤੇ ਟੰਗੇ ਹੋਏ ਕੈਲੰਡਰ ਦੀਆਂ ਤਰੀਕਾਂ ਕੁਝ ਲੰਘ ਗਈਆਂ ਕੁਝ ਆਉਣ ਵਾਲੀਆਂ ਧੰਨਵਾਦ